ਫਿਰ ਦੇ ਬਾਜ਼ਾਰ ਦੇ ਵਿੱਚ ਦੋ ਵਿਅਕਤੀ ਬਾਹਦੇ ਆ ਔਰ ਕਦੇ ਦੋ ਲਾਵੀ ਜੀਰੂ ਜੀਰੂ ਆ ਮੈਚ ਦੀ ਬੈਂਡ ਸੀਗੀ ਇੱਕ ਜ਼ੋਰਦਾਰ ਤਾਲੀ ਵਾਲੇ ਨਾਲ ਦੋਵੇਂ ਟੀਮਾਂ ਦੇ ਲਈ ਹੈ। ਲਓ ਸਾਹਮਣੇ ਚੰਦਨ ਖੇੜੇ ਪਿੰਡ ਵਾਲਾ ਬਿਜੀ ਕਹਿੰਦੇ ਪਿਆਰ ਔਰ ਪਿਆਰਾ ਖੇਡ ਰਹੀ ਹੈ ਰਾਜੂ ਬਾਈ ਦੀਆਂ ਤੇ ਦੋਵੇਂ ਅੱਖਾਂ ਕਹਿੰਦੇ ਜੋੜੇ ਭਰਾਵਾਂ ਵਰਗੀਆਂ ਇਹਨਾਂ ਖੇਡ ਗਰਾਊਂਡਾਂ ਦੇ ਦਿੱਤੀ ਹੋਈਆਂ ਨੇ। ਲੈ ਵੀ ਢਿੱਲੋਂ ਸਾਹਿਬ ਰੋ ਹੁਣ ਤੇ ਜ਼ਿੰਮੇਵਾਰੀ ਐਤਕਦੇ ਗੱਲ ਲੱਗ ਜਾਣੀ ਹੈ ਟਿਕਾਣੇ ਆ ਮੈਚ ਇਸ ਤੋਂ ਬਾਅਦ ਵੀ ਐਨ ਕਹਿੰਦੇ ਬਹੁਤ ਤਕੜਾ ਖੇਡਿਆ ਜਾਣਾ ਹੈ ਤੇ ਟੱਕਰ ਆ ਵੀ ਜਿਹੜੀ ਕਹਿੰਦੇ ਸਿਰੇ ਦੀ ਬੁਰੀ ਹੈ ਮੇਰੇ ਵੀਰ ਖੇਡ ਦੇ ਮੈਦਾਨ ਦੇ ਅੰਦਰ ਗਿਆ ਖੇਡ ਦੇ ਗਰਾਊਂਡ ਦੇ ਅੰਦਰ ਮੁਕਾਬਲਾ ਐਨ ਕਹਿੰਦੇ ਟੌਪ ਦਾ ਖੇਡਿਆ ਜਾ ਰਿਹਾ ਆਪਣੇ ਕੋਈ ਸੱਟ ਫੇਟ ਲੱਗ ਗਈ ਇਹ ਗੱਲ ਕੋਈ ਬਹੁਤੀ ਚੰਗੀ ਨੀ ਵੀਰ ਬਣ ਕੇ ਆਪਣੇ ਆਪ ਹੀ ਦੋ ਦੋ ਤਿੰਨ ਤਿੰਨ ਗਿੱਠਾਂ ਪਿੱਛੇ ਹੋ ਗਈ ਵੀਰ ਬਣ ਕੇ ਆ ਗਰੁੱਪ ਵੇਖੀ ਆਪਣਾ ਦੇਖੀ ਯਾਰ ਬਾਏ ਤੋਂ ਬਈ ਤੁਸੀਂ ਕਮੇਟੀ ਲੱਭਦੇ ਕਰਾਇਆ ਨਹੀਂ ਦਿੰਦਾ ਪਹਿਲਾਂ ਹੀ ਮੈਂ ਬਹਿਣਾ ਬੰਗੀ ਵੇਖ ਲਿਆ ਬੰਗੀ ਇਹ ਸਾਡਾ ਬੰਦੀ ਹੈ ਮਿਲ ਕੇ ਆ ਵੇਖ ਲਿਆ ਵੇਖ ਲਈ ਇਹਨੂੰ ਹੈ ਲਾਵੀ ਠੇਕੇਦਾਰਾ ਉਹ
ਨਾ ਪੱਕਾ ਹੱਲ ਲੱਭ ਲੈਣਾ ਮੇਰਾ ਬਈ ਹੈ ਰਹੀ ਗੱਜ ਕੇ ਹੈ ਕਿਉਂਕਿ ਅੱਜ ਮੇਲਾ ਜਿੱਤਣਾ ਪੈਣਾ ਗੱਲਾਂ ਹੋ ਗਈ ਆ ਇਹਨਾਂ ਖੇਡ ਦੇ ਖਿਡੌਣਾ ਦੀ ਆ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਬੜਾ ਟੌਪ ਦਾ ਮੈਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਲਵਦੀਪ ਗਿੱਲ ਪਰਿਵਾਰ ਦਾ ਨਾਲ ਸ਼ੇਰ ਇਸ਼ਾਰਾ ਹਾਏ ਬੱਲੇ ਪ੍ਰਸ਼ਾਦਾ ਪਾਣੀ ਵੀਰ ਕਹਿੰਦੇ ਵੀ ਥੋੜੇ ਸਮੇਂ ਬਾਅਦ ਇਹਦਾ ਮਸਤਾਨਾ ਕਰ ਦਿੱਤਾ ਜਾਣਾ ਹੈ ਤੇ ਜਿਹੜੇ ਵੀਰਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਹੋਏ ਉਹ ਛਕ ਲੈਣਗੇ ਇਹਨਾਂ ਵੀਰਾਂ ਨੂੰ ਗੁਜ਼ਾਰਿਸ਼ ਹੋਰ ਬੇਨਤੀ ਇਹਦੀ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਮੈਚ ਆ ਵਧਾਈਆ ਲਿਆ ਉਹ ਬਾਅਦ ਬਾਅਦ ਮੇਰੇ ਹੋਇਆ ਬੱਲੇ 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 ਫਾਈਟ ਹਾਏ ਬੱਲੇ ਬੱਲੇ ਮੇਰੇ ਜੈਤਵਾਰਾ ਸ਼ੁਰੂਆਤ ਵਧੀਆ ਲੱਗੇ ਇੱਕ ਤਾਲੀ ਤੂਲੀ ਦੇ ਮਾਰਦੇ ਆ ਜ਼ੋਰਦਾਰ ਪੰਡਿਆ ਉਠਾਦੇ ਆ ਲਓ ਸਾਹਮਣੇ ਕਦੇ ਐਨ ਤੱਕੀਆਂ ਬਿਨਾਂ ਕਹਿ ਤੋਂ ਵੱਜਣਗੀਆਂ ਮੋਟਰਸਾਈਕਲ ਮੁੰਡੇ ਨੂੰ ਕਹਿੰਦੇ ਲਵਨੀਤ ਸ਼ਰਮਾ ਯੂਕੇ ਭਰਾ ਸਾਡਾ ਸਾਡੀ ਖੇਡ ਵਾਲੀਬਾਲ ਦਾ ਕਹਿੰਦੇ ਪਹਿਲਾ ਖੇਡ ਪ੍ਰਮੋਟਰ ਹੋਇਆ ਹੈ ਜਿਹਨੂੰ ਕਹਿੰਦੇ ਸਲੇਬ ਸ਼ਾਹ ਦੇ ਵੱਡੇ ਖੇਡ ਮੇਲੇ ਚ ਕਹਿੰਦੇ ਜੈਲਦਾਰ ਦਾ ਸਨਮਾਨ ਕੀਤਾ ਹੈ ਤੇ ਇੱਕ ਮੋਟਰਸਾਈਕਲ ਮੁੰਡੇ ਨੇ ਕਹਿੰਦੇ ਜਿੱਤਿਆ ਇਹ ਆ ਜੈਲਦਾਰ ਸਲੇਬ ਸ਼ਾਹ ਵਾਲਾ ਖੇਡ ਦੇ ਗਰਾਊਂਡ ਦੇ ਅੰਦਰ ਨਾਲ ਕਹਿੰਦੇ ਇੱਕ ਪਾਸੇ ਕਲੋਕ ਫਾਈਟਰ ਸੈਂਟਰ ਚ ਨਾਲ ਲਵਦੀਪ ਮੁੰਡਾ ਕਹਿੰਦੇ ਗਿੱਲ ਪਰਿਵਾਰ ਦਾ ਖੁਸ਼ੀ ਹੋਣੀ ਹੈ ਇੱਕ ਪਾਸੇ ਵਧਾਈਆਂ ਵਾਲਾ ਰਿੰਕੂ ਖੇਡਦਾ ਨਾਲ ਕਹਿੰਦੇ ਉਧਰਲੇ ਪਾਸੇ ਗੁਰੂ ਬਰਾਣ ਹੈ ਭਰਾ ਸਾਡਾ ਪ੍ਰਥਮ ਲੰਬਾ ਜਿਹੜਾ ਮੁੰਡਾ ਖੇਡਦਾ ਹੈ ਉਹ ਭਰਾ ਕਹਿੰਦਾ ਵੀ ਪ੍ਰਥਮ ਦਾ ਜਿਹੜਾ ਹਰੇਕ ਟੱਪਾ ਜਿਹੜਾ ਕਹਿੰਦੇ 200 ਦਾ ਹੋਣਾ ਹੈ ਗੁਰੂ ਬਰਾਣ ਭਰਾ ਸਾਡਾ ਉਹ ਵੀ ਕਹਿੰਦੇ ਇਹਨਾਂ ਮੈਚਾਂ ਦੇ ਨਾਲ ਕਹਿੰਦੇ ਲਾਈਵ ਜੁੜਿਆ ਹੈ ਵੱਡਾ ਕਹਿੰਦੇ ਧੰਨਵਾਦ ਹੈ ਲਓ ਸਾਹਮਣੇ ਪੰਡਾ ਫਿਰੋਜ਼ਪੁਰੀਆ ਇਧਰਲੇ ਪਾਸੇ ਫਾਜ਼ਿਲਕਾ ਦੇ ਫਾਜ਼ਿਲਕਾ ਬੱਲੇ 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 ਲਾਲੀ ਰਾਣਿਆ ਰੋਜੇ ਹੋਰ ਤੱਕ ਮੈਰੀਆ ਨਾਰਾ ਮੋਟਾ ਨਜ਼ਾਰਾ ਆ ਬਾਈ ਚੋਕ ਪੰਜਾਬ ਦੇ ਬੈਠੇ ਮਾਰਾ ਯਾਰ ਰੌਲਾ ਰੂਆਰਾ ਪਾਰੋ ਬਾਈਏ ਇੱਥੇ ਰੱਖ ਇੱਥੇ ਰੱਖ ਸਾਮੇ ਤੱਕ ਲੋਕੀ ਠੰਡੇ ਬੈਠੇ ਆ ਸਾਮੇ ਮੈਚ ਬੋਲਣਾ ਗੱਲਾਂ ਘੋੜੀ ਵਾਲਾ ਖੇਡ ਰਿਹਾ ਗਰਾਊਂਡਾਂ ਦੀਆਂ ਹਾਏ ਪ੍ਰਥਮ ਲੁੰਡਾ ਮੇਰੇ ਕਮਾਲ ਕਰ ਗਿਆ ਦੇਖਿਆ ਦੇਖਿਆ ਇਹਨਾਂ ਖੇਡ ਰਹੇ ਗਰਾਊਂਡਾਂ ਦੀਆਂ ਲੈਲੀ ਸਾਹਮਣੇ ਸੂਰਜ ਉੱਚ ਨੰਬਰ ਯਾਰਾ ਕਹਿੰਦੇ ਕਹਿੰਦੇ ਦੋਨੋਂ ਟੀਮਾਂ ਦੇ ਐਵੇਂ ਕਿਤੇ ਕਿਤੇ ਹੁਣ ਗੁਰਵੀਰ ਸਿੰਘ 80 ਨੰਬਰ ਠੀਕ ਹੈ ਜੀ 5-0 ਜੀਰੋ ਤੇ 5 ਦਾ ਮੁਕਾਬਲਾ ਖੇਡ ਗਰਾਊਂਡ ਦੇ ਅੰਦਰ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਆ ਗਿਆ ਕਹਿੰਦੇ ਸਲੇਬ ਸ਼ਾਹ ਵਾਲਾ ਮੁੰਡਾ ਕਹਿੰਦੇ ਕਬੋਜ ਪਰਿਵਾਰ ਦਾ ਜਿਹਦੇ ਫਾਜ਼ਿਲਕਾ ਦਾ ਕਹਿੰਦੇ ਬਾਣ ਹੈ ਤੇ ਮੇਲਾ ਵੀ ਕਹਿੰਦੇ ਵੱਡਾ ਖੇਡਿਆ ਜਾਂਦਾ ਹੈ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਉਧਰਲੇ ਪਾਸੇ ਕਹਿੰਦੇ ਪਰਮਿੰਦਰ ਹੈ ਜੇਤੋ ਦੀ ਧਰਤੀ ਦਾ ਆ ਵੀ ਕਹਿੰਦੇ ਇੱਕ ਲੰਬੀ ਪਾਰੀ ਦਾ ਘੋੜਾ ਆਪਾਂ ਕਹਿ ਦਈਏ ਤੇ ਢਿੱਲੋ ਬਾਈ ਗੱਲਾਂ ਕੋਈ ਦੋ ਨਾ ਖੇਡ ਦੇ ਮੈਦਾਨ ਦੇ ਅੰਦਰ ਨੰਬਰ ਪਹਿਲਾਂ ਕਹਿੰਦੇ ਮੁੰਡਿਆਂ ਨੇ ਜਿੱਤ ਦਿੱਤਾ ਇੱਕ ਤੇ 5 ਦਾ ਕਹਿੰਦੇ ਮੁਕਾਬਲਾ ਜੇ ਖੇਡਿਆ ਜਾ ਰਿਹਾ ਖੇਡ ਦੇ ਗਰਾਊਂਡ ਦੇ ਅੰਦਰ ਲਓ ਸਾਹਮਣੇ ਕਹਿੰਦੇ ਮੈਚ
ਇੱਕ ਤੇ ਵੀ ਤਕੜਾ ਤੇ ਦੋ ਨੰਬਰ ਗਰਾਊਂਡ 'ਚ ਦੁਨੀਆ ਕਿਤੇ ਚਾਰ ਤੇ ਚਫੇਰੇ ਕਿਤੇ ਜੁੜ ਗਈ ਹੈ ਵੀ ਇੱਧਰਲੇ ਪਾਸੇ ਕਿਤੇ ਕੁੱਟ ਕਟਾਪਾ ਬਾਲਾ ਹੋਣਾ ਮੁੰਡੇ ਕਿਤੇ ਚੰਨਣ ਖੇੜੇ ਵਾਲੇ ਆ ਵਿੱਕੀ ਵਰਗੇ ਵਿਜੀ ਵਰਗੇ ਗੋਲਡੀ ਵਰਗੇ ਆ ਐਨ ਕਿਤੇ ਭਰਾ ਸਾਡੇ ਕਿਤੇ ਵੱਡੀ ਟੀਮ ਜਿਹੜੀ ਕਿਤੇ ਬਣਾ ਕੇ ਲੈ ਕੇ ਆਏ ਆ ਮੁਕਾਬਲਾ ਕਿਤੇ ਟੋਪ ਦਾ ਖੇਡਿਆ ਜਾਣਾ ਪੰਜ ਤੇ ਇੱਕ ਦੀ ਕਿਤੇ ਟੱਕਰ ਜਿਹੜੀ ਖੇਡੀ ਜਾ ਰਹੀ ਹੈ ਵੀ ਟੱਕਰ ਹੋ ਗਈ ਸ਼ੇਰਾਂ ਦੀ ਤੇ ਖੜਕੇ ਵੇਖੇ ਕੁੱਲ ਜਮਾਨਾ ਮੈਚ ਦੇ ਕੱਪ ਉਹੀ ਜਿੱਤਣਗੇ ਆਓ ਜਿੰਨਾ ਦੇ ਟੋਲਿਆ ਪੱਟਾ ਫਿਰ ਜਿਆਦਾ ਜੇਤੂ ਵਾਲਾ ਆਇਆ ਫੇਰ ਆਓ ਬੱਲੇ 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 ਚੰਦਨ ਫੇਰ ਵਾਲਾ ਵਧਾਈਆਂ ਵਾਲਾ ਰੀਕੂ ਦੇ ਮਿੱਤਰੋ ਮੁੰਡਾ ਕਿਤੇ ਖੇਡ ਦੇ ਮੈਦਾਨ ਦੇ ਵਿੱਚ
ਸਰਬਤ ਜਿਹੜੀ ਕਿਤੇ ਫੇਰ ਚੇਂਜ ਹੋ ਚੁੱਕੀ ਹੈ। ਖੇਡ ਦੇ ਮੈਦਾਨ ਦੇ ਵਿੱਚ ਆਪਾਂ ਵੇਖਾਂਗੇ ਚਾਰ ਚੇਂਜ ਹੋ ਰਹੇ ਹੈ। ਲੋਕਾਂ ਦਾ ਕਹਿੰਦੇ ਇਕੱਠ ਵੱਡਾ ਹੈ ਤੇ ਮੇਲਾ ਵੀ ਕਹਿੰਦੇ ਭਰ ਜੋ ਬੰਦੇ ਖੇਡਿਆ ਜਾ ਰਿਹਾ ਹੈ। ਮੈਚ ਇੱਕ ਤੇ ਵੀ ਤਕੜਾ ਹੈ ਤੇ ਦੋ ਨੰਬਰ ਗਰਾਊਂਡ 'ਚ ਵੀ ਐਨ ਕਿਤੇ ਇਕੱਲੀ ਇਕੱਲੀ ਅੱਖ ਮਿਲੀ ਹੈ। ਐਨ ਕਿਤੇ ਗੱਲਾਂ ਲੱਗੀਆਂ ਪਈਆਂ ਨੇ ਟਿਕਾਣੇ ਦਿੱਲੇ ਫਾਜ਼ਿਲਕੇ ਦੀ ਧਰਤੀ ਬੱਲੇ 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 ਪਰਮਿੰਦਰ ਜੈਤਰ ਦੀ ਧਰਤੀ ਦਾ ਜਿੱਥੋਂ ਦੇ ਕਹਿੰਦੇ ਢਿੱਲੋਂ ਬਾਈ ਮੋਰਚੇ ਕਹਿੰਦੇ ਬੜੇ ਪ੍ਰਸਿੱਧ ਹੋਏ ਆ। ਇਹ ਮੁੰਡਾ ਕਹਿੰਦੇ ਇਸ ਇਲਾਕੇ ਦਾ ਲੋ ਸਾਹਮਣੇ ਕਹਿੰਦੇ ਬੱਲੇ ਬੱਲੇ ਜਿਹੜੀ ਕਹਿੰਦੇ ਕਰਵਾਤੀ ਹੈ ਖੇਡ ਦੇ ਮੈਦਾਨ ਦੇ ਅੰਦਰ। ਗੰਗਾਨਗਰ ਦੇ ਸਰਾਣਾ ਦੋਵੇਂ ਟੀਮਾਂ ਦੇ ਪਲੇਅਰ ਗਰਾਊਂਡ ਨੰਬਰ ਇੱਕ ਦੇ ਨੇੜੇ ਖੇਡ ਰਹੀ ਹੈ। ਕਾਲੀ ਵਾਲਾ ਗੁੜੀ ਹੈ ਤੇ ਕੋਟਲੀ ਭੁੱਲਰ ਦੀ ਟੀਮ ਇਹ ਦੋਵੇਂ ਟੀਮਾਂ ਦੇ ਪਲੇਅਰ ਦੋ ਨੰਬਰ ਗਰਾਊਂਡ ਦੇ ਨੇੜੇ ਖੇਡ ਰਹੇ ਹੈ। ਔਰ ਤਿੰਨ ਦੇ ਨੇੜੇ ਹੈ ਧਗਸਰ ਦੀ ਟੀਮ ਤੇ ਦੂਜਿਆਂ ਦੇ ਮੁੰਡੇ ਉੱਧਰ ਮੈਚ ਜਿਹੜਾ ਖੇਡਿਆ ਜਾ ਰਿਹਾ ਤਿੰਨ ਨੰਬਰ ਗਰਾਊਂਡ ਤੇ ਹੈ। ਔਰ ਗੱਲਾਂ ਹੋ ਰਹੀਆਂ ਨਾ ਖੇਡਦੇ ਗਰਾਊਂਡਾਂ ਦੀਆਂ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਸੀ। ਮੈਂ ਵੀ ਇਸ ਤੋਂ ਬਾਅਦ ਬਾਈ ਜੀ ਪੰਧਿਆਰੀ ਦੇ ਚੁੱਕੇ ਇਹਨਾਂ ਟੀਮਾਂ ਦਾ ਮੈਚ ਬਾਈ ਜੀ ਦੋ ਨੰਬਰ ਗਰਾਊਂਡ ਤੇ ਖੇਡਿਆ ਜਾਣਾ ਹੈ। ਇਹਨਾਂ ਟੀਮਾਂ ਦੇ ਵੀ ਖਿਡਾਰੀ ਜਿਹੜੇ ਬਿਲਕੁਲ ਰੈਡੀ ਰਹਿਣਗੇ ਇਹ ਸਾਡੀ ਬੇਨਤੀ ਹੈ। ਲੋ ਸਾਹਮਣੇ ਖੇਡਦੇ ਗਰਾਊਂਡ ਦੇ ਅੰਦਰ ਇਹ ਭਰਾ ਸੱਲੇ ਜਿਹੜੇ ਕਹਿੰਦੇ ਕਹਿ ਰਹੇ ਹੈ ਲੋ ਸਾਹਮਣੇ ਗੱਲਾਂ ਹੋ ਗਈਆਂ। ਖੇਡ ਦੇ ਮੈਦਾਨ ਦੇ ਵਿੱਚ ਮੁਕਾਬਲਾ ਬੜਾ ਕਹਿੰਦੇ ਟਾਪ ਦਾ ਖੇਡਿਆ ਜਾ ਰਿਹਾ ਹੈ। ਇੱਧਰ ਬਹੁਤ ਵੱਡਾ ਕਹਿੰਦੇ ਧੰਨਵਾਦ ਅਸੀਂ ਕਰਦੇ ਹਾਂ ਸਾਡੇ ਬੜੇ ਮਾਨ ਦੇ ਸਤਿਕਾਰ ਦੇ ਯੋਗ ਸਰਪੰਚ ਜੀ ਨਾਲ ਸਾਡੇ ਬਲਜੀਤ ਸਿੰਘ ਜੀ ਉਹਨਾਂ ਦਾ ਵੀ ਕਹਿੰਦੇ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ। ਬਹੁਤ ਸਾਰਾ ਕਹਿੰਦੇ ਮਾਨ ਬਹੁਤ ਸਾਰਾ ਕਹਿੰਦੇ ਸਨਮਾਨ ਇਹਨਾਂ ਬੋਲਾਂ ਦੇ ਲਈ ਕਰਕੇ ਗਏ ਆ। ਅਸੀਂ ਤਹਿ ਦਿਲ ਤੋਂ ਕਹਿੰਦੇ ਵੱਡਾ ਧੰਨਵਾਦ ਕਰਦੇ ਹਾਂ ਜਦੋਂ ਜਦੋਂ ਇਸ ਇਲਾਕੇ ਤੇ ਆਈਦਾ ਹੈ ਤੇ ਬਹੁਤ ਸਾਰਾ ਕਹਿੰਦੇ ਮਾਨ ਸਨਮਾਨ ਮਿਲਦਾ ਇਹਨਾਂ ਭਰਾਵਾਂ ਤੋਂ। ਲਓ ਸਾਹਮਣੇ ਮੁੰਡੇ ਫਾਜ਼ਿਲਕਾ ਵਾਲੇ ਆ ਮੇਲਾ ਕਰਵਾਇਆ ਇਧਰਲੇ ਪਾਸੇ ਢਿੱਲੋਂ ਬਾਈ ਕੋਈ ਕੱਚ ਨਹੀਂ ਮਿਲਿਆ। ਖੇਡ ਦੇ ਮੈਦਾਨ ਦੇ ਅੰਦਰ ਗੱਲਾਂ ਲੱਗੀਆਂ ਪਈਆਂ ਨੇ ਟਿਕਾਣੇ। ਲਓ ਸਾਹਮਣੇ ਵਧਾਈਆਂ ਵਾਲਾ ਇਹ ਲਵਦੀਪ ਮੁੰਡਾ ਕਹਿੰਦੇ ਕਿੱਲਾ ਦਾ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੈ। ਗੌਰਵ ਹੋਣੀ ਭਰਾ ਸਾਡੇ ਕਹਿੰਦੇ ਵੱਡੀ ਟੀਮ ਬਣਦੀ ਰਹੀ ਹੈ ਕਿਤੇ ਬਰੋਸ਼ਾ ਪਿੰਡ ਦੀ ਐਨ ਕਦੇ ਬੱਟੂ ਹੁਣਾਂ ਦੇ ਚਰਨੀ ਹੁੰਦੇ ਆ ਇਹਨਾਂ ਖੇਡ ਦੇ ਮੈਦਾਨਾਂ ਦੇ ਅੰਦਰ। ਲੈਵੀ ਬਾਈ ਯਾਰ ਕਿੰਨੇ ਕੁ ਜਿਹੜੇ ਬੈਠੇ ਹੋ ਸਿੱਧੂ ਆਪਣੇ ਫਾਜ਼ਿਲਕੇ ਦਾ ਮਾਣ ਹੈ ਜੇ ਮੁੰਡੇ ਦੀ ਖੇਡ ਵਧੀਆ ਲੱਗ ਰਹੀ ਹੈ ਕਟਾੜੀ ਸਿੱਧੂ ਦੇ ਨਾਲੇ ਮਾਰ ਦੋ ਜੋਰਦਾਰ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਜਿੱਥੇ ਖਿਡਾਰੀ ਵਧੀਆ ਮੁੰਡਾ ਉਹ ਵਧੀਆ ਕਿਤੇ ਇਨਸਾਨ ਹੈ ਨਗਰ ਪਾਲਿਕਾ ਦੇ ਸਹਿਨਸ਼ੀਲਤਾ ਜਿਹੜੀ ਕਿਤੇ ਕੁੱਟੀ ਕੁੱਟ ਕੇ ਭਰੀ ਹੈ ਜਿਹੜੀ ਬੀਤੀ ਬਈ ਸਮਝਾਵੇ ਮੁੰਡਿਆਂ ਨੂੰ ਵੀ ਜੀ ਉਹਨਾਂ ਦਾ ਵੀ ਕਿਤੇ ਤਜਰਬਾ ਵੱਡਾ ਹੈ ਆਲ ਇੰਡੀਆ ਤੱਕ ਕਹਿੰਦੇ ਚਰਦੇ ਹੋਏ ਆ ਤੇ ਬਾਈ ਕਹਿੰਦੇ ਰਾਜੂ ਬੈਠਾ ਵੀ ਮੁੰਡਿਆਂ ਦੇ ਆਪਾਂ ਮਾਣ ਜਿਹੜੇ ਕਦੇ ਅੱਜ ਵੱਡੇ ਕਰਦੇ ਆ ਇਧਰਲੇ ਪਾਸੇ ਕਦੇ ਤਿਆਰੀ ਜਿਹੜੀ ਕਦੇ ਫੜਨੀ ਪੈਣੀ ਹੈ ਰੱਪਣਾ। ਲਓ ਸਾਹਮਣੇ ਫਾਊਲ ਦੀ ਜਿਹੜੇ ਮੁੰਡੇ ਮੰਗ ਕਰਦੇ ਆ ਬੁੱਢੇ ਪਿਆਰ ਨਾਲ ਸੁਣੇ ਵੀਰ ਬੁੱਢੇ ਭਾਈ ਪਰਮਿੰਦਰ ਖੇਡ ਯਾਰ ਤੁਸੀਂ ਮੈਚ ਦੇ ਜੀ ਚਲਾ ਲਓ ਹੋ
ਲੋ ਜੀ ਪਿਆਰ ਸਤਿਕਾਰ ਨਾਲ ਰੋਜ਼ ਆਪਾਂ ਇਕੱਠੇ ਖੇਡਣਾ ਵਾਲੀਬਾਲ ਇੱਕ ਪਰਿਵਾਰ ਆਪਣਾ ਬੇਨਤੀ ਹੈ ਭਰਾ ਬਣ ਕੇ ਰਲ ਮਿਲ ਕੇ ਰਿਹਾ ਕਰੋ ਜੇ ਕੋਈ ਫੈਸਲਾ ਗਲਤ ਵੀ ਹੋ ਜਾਂਦਾ ਹੈ ਲਓ ਸਾਹਮਣੇ ਕਦੇ ਖੇਡਦੇ ਗਰਾਊਂਡ ਦੇ ਅੰਦਰ ਮੈਚ ਕਦੇ ਫਿਰ ਤੋਂ ਸ਼ੁਰੂ ਹੋ ਚੁੱਕਿਆ ਖੇਡਦੇ ਮੈਦਾਨ ਦੇ ਵਿੱਚ ਨਜ਼ਾਰਾ ਬੱਲਿਆ ਹੋਇਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਮੈਦਾਨ ਦੇ ਵਿੱਚ ਸਵਾਲ ਕਰ ਦਿੱਤੀ ਆ ਇਧਰਲੇ ਪਾਸੇ ਕਦੇ ਥੋੜਾ ਇਧਰਲੇ ਪਾਸੇ ਆਪਣਾ ਵੀਰ ਆ ਸਾਡਾ ਕਦੇ ਚਾਂਦਵਾਲੀ ਪਿੰਡ ਤੋਂ ਲੈ ਵੀ ਢਿੱਲੋ ਬਾਈ ਚਾਂਦਵਾਲੀ ਭਰਾਵਾਂ ਨੇ ਵੀ ਕਦੇ ਵੱਡਾ ਮੇਲਾ ਕਰਵਾਇਆ ਹੈ ਤੇ ਆਪਣੇ ਆਪਣੇ ਭਰਾ ਵੀ ਕਦੇ ਉਚੇਚੇ ਤੌਰ ਤੇ ਆਏ ਆ ਬੱਚਾ ਕਦੇ ਅਸੀਂ ਧੰਨਵਾਦ ਕਰਦੇ ਹਾਂ ਟੱਕਰ ਆ ਜੀ ਰਾਵੀ ਸੁਰੇਸ਼ ਵਾਲਾ ਸਿੱਧੂ ਜੇਕਰ ਲਗਾਤਾਰ ਪੰਜਵਾਲਾ ਕ੍ਰੋਸ ਕਰ ਜੇ ਤੇ ਰੁਪਈਆ ਇੱਕ ਹਜ਼ਾਰ ਦੇ ਦਿਆਂਗੇ ਪ੍ਰਾਣ ਵੱਡੇ ਕਰ ਦਿਆਂਗੇ ਤੇਰੇ ਆ ਇੱਕ ਨੰਬਰ ਗਰਾਊਂਡ ਦਾ ਮੈਚ ਵੀ ਚਲਾਈਏ ਆਪਾਂ ਜਲਦੀ ਦੇ ਨਾਲ ਤਲਵੱਡੀ ਦੇ ਦੂਰ ਦਾ ਆਦਿ ਮੈਚ ਕਦੇ ਬਹੁਤ ਸੋਹਣਾ ਜਿਹੜਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਤੇ ਮੈਚ ਇਧਰਲੇ ਪਾਸੇ ਬੱਲੇ 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 ਨਵਦੀਪ ਹਾਈਕਰ ਲਓ ਸਾਹਮਣੇ ਉਹਦੇ ਗਰਾਦ ਢੱਡੂ ਸਾਹਿਬ ਸਾਡੇ ਕਹਿ ਰਿਹਾ ਵੀ ਸਲੇਸ਼ ਵਾਲੇ ਸਿੱਧੂ ਦੇ ਲਈ ਇੱਕ ਸੌ ਰੁਪਈਆ ਆਇਆ ਹੈ ਵੀ ਜੇ ਪੰਜ ਕਰ ਗਿਆ ਤਾਂ ਵੀ ਗੱਲ ਸੁਣੀ ਨਹੀਂ ਹੈ ਜੇ ਨਾ ਕੀਤੀ ਆ ਤਾਂ ਵੀ ਇੱਕ ਹਜ਼ਾਰ ਸਹੀ ਹੋਈ ਕਹਿੰਦੇ ਆਪਾਂ ਦੇ ਦਿਆਂਗੇ ਕਰਕੇ ਨਾਲ ਐਡ ਕਰਕੇ ਗਿਆਰਾਂ ਸੌ ਹੀ ਕਹਿ ਦੀ ਆਪਾਂ ਨੇ ਗੱਲ ਕੀ ਹੈ ਦੂਜੀ ਨਹੀਂ ਕੀ ਹੈ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਸਲੋਸ਼ ਆ ਰਿਹਾ ਪਿੰਡਾਂ ਦਾ ਜਾਈਏ ਜਿੱਤਣਾ ਪੈਣਾ ਜੇ ਉਧਰੋਂ ਕਦੇ ਚੀਤਾ ਕਰੀ ਜਾਵੇ ਚੰਦਰ
ਸਾਰੀ ਦੁਨੀਆ ਕਿਹੜੀ ਠੇਕੇਦਾਰ ਚੱਲਦੇ ਦੇਖਦੇ ਹੈ, ਇਹ ਠੇਕੇਦਾਰ ਇਹ ਬਣਦਾ, ਇਹਦਾ ਕੋਈ ਰਵੱਈਆ ਨਹੀਂ ਹੈ, ਹੋਰ ਕੋਈ ਰੱਬ ਹਰਾਰਾ ਨਹੀਂ ਹੈ, ਇਹ ਏਦਾਂ ਹੀ ਕਰਦਾ ਉਹ ਕਬਾਲਾ ਕਰੀ ਆਉਂਦਾ। ਰਾਈ ਰਾਜੀ ਨੂੰ ਮੇਰੇ ਨਾਲ ਕੁਝ ਕਹਿ ਗਿਆ, ਮੈਨੂੰ ਕੋਈ ਗੱਲ ਬਾਤ ਹੋਰ ਲੱਗ ਰਹੀ ਆ, ਬਾਈ ਹੋਏ ਆ ਬੜਾ ਚੋਟੀ ਦਾ ਮੈਚ ਬਣ ਗਿਆ, ਖੇਡਦੇ ਆ ਮੈਦਾਨ ਦੇ ਵਿੱਚ ਬੜਾ ਟੌਪ ਦਾ ਮੈਚ ਹੈ, ਲਓ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਦੋਵੇਂ ਟੀਮਾਂ ਨੇ, ਉਹ ਕਦੇ ਬੋਲ ਕਦੇ ਚਰਚੇ ਵੱਡੇ ਹੁੰਦੇ ਆ, ₹100 ਮੇਰੇ ਕੋਲ ਲੈ ਜੋ ਜੇ ਉਹ ਮਾਰ ਕੇ ਵੱਡੇ ਕਰਦੇ ਆ, ਮਾਰ ਕੇ ਵੱਡੇ ਕੀਤੇ ਜਾਣਗੇ, ਇਧਰਲੇ ਪਾਸੇ ਅਜੇ ਆ ਭਰਾ ਸਾਡਾ ਕਦੇ ਘੱਟਿਆ ਨਹੀਂ ਪੈਂਦਾ, ਇਹ ਵੀਰਾਂ ਦੀ ਕਦੇ ਵੱਡਾ ਧੰਨਵਾਦ, ਇਸ ਇਲਾਕੇ ਦਾ ਕਦੇ ਬਹੁਤ ਵਧੀਆ ਬੁਲਾਰਾ ਸਾਡੀ ਖੇਡਬਾਨੀ ਵੱਲ ਦਾ, ਨਾਲ ਸਤਨਾਮ ਹੈ ਭਰਾ ਸਾਡਾ, ਖੇਡ ਕਬੱਡੀ ਦੇ ਕਦੇ ਚਰਚੇ ਹੁੰਦੇ ਆ ਤੇ ਨਾਲ ਭੰਨਾ ਭਰਾ ਸਾਡਾ ਕਦੇ ਕਪੂਰਸ਼ਾਲਾ, ਸਾਰੇ ਵੀਰਾਂ ਦਾ ਕਦੇ ਅਸੀਂ ਵੱਡਾ ਕਦੇ ਧੰਨਵਾਦ ਕਰਦੇ ਹਾਂ, ਸਾਕਿਆ ਕਦੇ ਕਪੂਰਸ਼ਾਲਾ ਦੀ ਕਿੰਨੇ ਸਾਫੇ ਦਾ ਮਹਿਮਾਨ ਬਣਾਇਆ ਪਿਆ, ਗੱਲਾਂ ਕਦੇ ਉਹ ਗੱਡੀਆਂ ਨੇ ਸਾਹ ਦੀ ਹੋਲੀ ਆਈ ਹੋਈ ਆ, ਖੇਡ ਦੇ ਮੈਦਾਨਾਂ ਦੇ ਵਿੱਚ ਬੜਾ ਚੋਟੀ ਦਾ ਮੈਚ ਆ, ਥੱਲੇ ਮਸਲਾ ਕੋਈ ਹੈ ਵੱਡਾ ਲੱਗਦਾ ਦੋਵੇਂ ਟੀਮਾਂ ਦੇ ਖਿਡਾਰੀਆਂ ਦਾ, ਲਓ ਸਾਹਮਣੇ ਇਧਰਲੇ ਪਾਸੇ ਬੁੱਢੇ ਦੀ ਗੱਲਬਾਤ ਹੈ ਸਾਰੀ ਦੀ ਸਾਰੀ, ਇਧਰਲੇ ਪਾਸੇ ਜਦੋਂ ਵਿਸਲ ਵੱਜਦੀ ਹੈ ਨਾ ਉਦੋਂ ਕਦੇ ਦੋਵੇਂ ਮਿੱਤਰੋ ਗੱਲ ਲੱਗਦੀ ਹੈ ਟਿਕਾਣੇ, ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਇੱਕ ਤਾਂ ਵੀ ਬਾਈ ਜੀ ਮੈਚ ਚਲਾ ਕੇ ਰੱਖੋ, ਜਿੰਨਾ ਵੀ ਅਜੇ ਕਦੇ ਮੈਚ ਵੀ ਬੋਲਦੀ ਆ, ਮੈਂ ਮੇਰਾ ਵੀਰ ਤਿੰਨੋ ਗਰਾਉਂਡਾਂ ਦੇ ਮੈਚ ਜਿਹੜੇ ਬੋਲ ਦਈਏ, ਤੇਰਾ ਵੀ ਕਦੇ ਬਹੁਤ ਵੱਡਾ ਕਦੇ ਧੰਨਵਾਦ ਹੈ, ਲਓ ਸਾਹਮਣੇ ਕਦੇ ਖੇਡ ਦੇ ਮੈਦਾਨ ਇਧਰਲੇ ਪਾਸੇ ਜਿਹੜੇ ਜਿਹੜੇ ਮੈਚ ਬੋਲੇ ਟੀਮਾਂ ਦੇ ਖਿਡਾਰੀ ਹਾਂਜੀ ਹਾਂਜੀ ਫਾਉਲ ਹੈ ਜੀ, ਫਾਉਲ ਆ ਰੈਫਰੀ ਦੇ ਫੈਸਲੇ ਆ, ਖੇਡ ਦੇ ਗਰਾਊਂਡ ਦੇ ਅੰਦਰ ਸਰਵਿਸ ਕਰਨ ਲਈ ਗਿਆ ਨਾਲ ਜਿਹੜਾ ਕਦੇ ਤਿਆਰ ਪ੍ਰਚਾਰ ਖੇਡ ਦੇ ਮੈਦਾਨ ਦੇ ਅੰਦਰ ਮੁੰਡੇ ਕਦੇ ਸਲੀਮ ਸ਼ਾਹ ਵਾਲੇ ਖੇਡ ਦੇ ਗਰਾਊਂਡ ਦੇ ਵਿੱਚ ਜਿਹੜੇ ਮੁੰਡੇ ਕਦੇ ਖੇਡਦੇ ਆ, ਇਧਰਲੇ ਪਾਸੇ ਮੁੰਡਾ ਕਦੇ ਫਿਰੋਜ਼ਪੁਰੀਆ ਖੇਡ ਮੈਦਾਨ ਦੇ ਵਿੱਚ ਆ ਖਿਡਾਰੀ ਦਾ ਕਹਿੰਦੇ ਫਿਰੋਸ਼ਾ ਪਿੰਡ ਹੈ, ਇਹ ਆ ਲਵਦੀਪ ਮੁੰਡਾ ਕਹਿੰਦੇ ਗਿੱਲ ਪਰਿਵਾਰ ਦਾ, ਇਧਰਲੇ ਪਾਸੇ ਦੁਨੀਆ ਕਲੋਜ਼ ਫਾਈਟਰ ਕਹਿੰਦੀ ਆ, ਇਹਨੂੰ ਦੁਨੀਆ ਗਾਲੀ ਵਾਲਾ ਪੜਿਆ ਲਿਖਿਆ ਖਿਡਾਰੀ ਕਰਦਾ ਕਰ ਰਹੀ ਹੈ, ਆਓ
ਤਾਰੀਖ ਦੱਸੀ ਉਹਨਾਂ ਨੇ ਅਗਲੀ ਸਰਵਿਸ ਕਰ ਦਿੱਤੀ। ਕਮਲ ਕਿੰਨੇ ਕਿੰਨੇ ਹੋ ਗਏ ਨੰਬਰ ਸੋਹਣੇ ਵੀਰ ਦੱਸੀ ਇੱਕ ਵਾਰੀ। 7 ਤੇ 10 ਸੱਤ ਨੰਬਰ ਹੈ ਬਾਈ ਜੀ ਉਧਰਲੇ ਪਾਸੇ, ਠੀਕ ਹੈ ਜੀ 10 ਉੱਧਰ ਹੈ ਨਾ, ਠੀਕ ਹੈ ਜੀ 10 ਤੇ 7 ਸ਼ੁਰੂ ਹੋ ਗਈ ਸੀ ਬਾਈ ਦੁਲੇਰੀ ਵਾਰ ਦੀ ਹੈ, ਕਦੇ ਦੁਲੇਰੀ ਵਾਰ ਸ਼ੁਰੂ ਹੋ ਗਈ ਆ, ਪਰ ਗੱਲਬਾਤ ਖਿਡਾਰੀ ਦੇ ਟਿਕਾਣੇ ਲਾਉਂਦੀਆਂ, ਇਹ ਤੇ ਗੱਲਾਂ ਬਾਤਾਂ ਸਵੇਰੀਆਂ ਹੋ ਰਹੀਆਂ ਜੇ ਪਿਆਰਾ ਨਾ ਹੋਣ ਖਿਡਾਰੀਆਂ ਨੂੰ ਬੇਨਤੀ ਆ ਭੰਡਿਆਰੀ ਤੋਂ ਚੰਗੇ ਗੰਗਾਨਗਰ ਤੇ ਸੁਣਾਵਾ, ਠੀਕ ਹੈ ਜੀ ਉਧਰਲੇ ਪਾਸੇ ਆਪਾਂ ਨੇ ਭਰਾ ਸਕਦਾ ਕਹਿੰਦੇ ਚਾਂਦਵਾਰੀ ਵਾਲਾ ਤੇ ਵੀਰ ਕਹਿੰਦਾ ਅੱਜ ਆਪਣੀ ਟੀਮ ਟੂਰਨਾਮੈਂਟ ਚ ਪਾਉਂਦਾ ਤੇ ਭਰਾ ਸਾਡੇ ਆਪਣੇ ਹੁਣੀ ਕਹਿੰਦੇ ਆ ਵੀ ਚਾਂਦਵਾਰੀ ਦੇ ਵੱਡੇ ਖੇਡ ਮੇਲੇ ਚ ਆਪਾਂ ਇੱਕ ਵੱਡੇ ਕੰਮ ਦੇ ਨਾਲ ਕਦੇ ਮੁੰਡੇ ਦਾ ਮਾਨ ਸਨਮਾਨ ਜਿਹੜਾ ਕਦੇ ਵਿਸ਼ੇਸ਼ ਤੌਰ ਤੇ ਕਰ ਦੇਣਾ ਆਪਣੇ ਹੁਣੀ ਭਰਾ ਸਾਡੇ ਜ਼ਿੰਦਗੀ ਦੇ ਮਾਨ ਵੱਡਾ ਕਦੇ ਖੇਡ ਮੇਲਾ ਸੋ ਧਰਤੀ ਤੇ ਜਿਹੜਾ ਕਰਵਾਉਂਦੇ ਆ ਤੇ ਮਾਨ ਅਜੇ ਕਦੇ ਵੱਡਾ ਕੀਤਾ ਜਾਣਾ ਇਹ ਆ ਖੁਸ਼ੀ ਮੇਰੇ ਮਿੱਤਰੋ ਘੱਟਿਆਂ ਦੀ ਧਰਤੀ ਦਾ ਆ ਸੀਜ਼ਨ ਕਹਿੰਦੇ ਮੁੰਡਾ ਬਹੁਤ ਤਕੜਾ ਖੇਡਿਆ ਲਗਾਤਾਰ 14-15 ਮੇਲਿਆਂ ਦਾ ਕਹਿੰਦੇ ਬੈਸਟ ਰਿਹਾ ਮੁੰਡਾ ਤੇ 14-15 ਮੇਲਿਆਂ ਦਾ ਸੁਣਿਆ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੋ ਤੇ ਬੜੇ ਵੱਡੇ ਜਿਗਰੇ ਵਾਲੀ ਗੱਲ ਆ ਉਧਰ ਬਾਂਦਰਾ ਦਾ ਗ੍ਰੇਡੀਏਟਰ ਵੀ ਆ ਪੂਰਾ ਜਿਹੜੇ ਫੌਜ ਚ ਫਿਰਦਾ ਤੇ ਇੱਕ ਅੱਧੀ ਟੀਮ ਦਾ ਬੰਦਾ ਕਰਕੇ ਜਾਣਾ ਕਹਿੰਦਾ ਵੀ ਹੈ ਗੱਲਾਂ ਲਾ ਰਿਹਾ ਦੇ ਟਿਕਾਣੇ ਸਹੀ ਯਾਰੀ ਘੱਟਿਆ ਵੀ ਕਹਿੰਦੇ ਪ੍ਰੀਤ ਢਿੱਲੇ ਦਾ ਨਾ ਜਿਹੜਾ ਬੈਂਕ ਦਾ ਟਿਕਟ ਗੱਲਾਂ ਬਾਤਾਂ ਲਾਉਣਾ ਟਿਕਾਣੇ ਹਰ ਖੇਡ ਦੇ ਮੈਦਾਨ ਚ ਗੱਲਾਂ ਬਾਤਾਂ ਕਹਿੰਦੇ ਵੱਡੀਆਂ ਨੇ ਫਿਰ ਦੇ ਮੈਦਾਨ ਚ ਆਹ ਗੁੱਡੇ ਵਾਲੇ ਸ਼ੁਰੂਆਤਾਂ ਕਰ ਰਹੇ ਨੇ ਰਾਜਦੀਪ ਘੱਟਿਆ ਵੀ ਕਰਦਾ ਹਰ ਚੇਤਰ ਪਿਆਰ ਦਾ ਪਿਆਰਾ ਟੀਮ ਆਪਣੀ ਰਹੀ ਹੈ ਸਰਵਿਸ ਕਰ ਦਿੱਤੀ ਆ ਖਿਡਾਰੀ ਨੇ ਪਰ ਅੰਦਰਲੇ ਪਾਸੇ ਆਹ ਬੰਨੇ ਠੇਕੇਦਾਰ ਹੁਣ ਕਿਹੜੇ ਨੇ ਥੋੜਾ ਹਾਸਾ ਆਇਆ ਲੈ ਵੀ 10-10 ਹੋ ਗਏ ਬਾਈ 11-10 ਹੋ ਗਏ ਠੀਕ ਹੈ ਜੀ 11-10 ਹੋ ਗਏ ਸਾਈਡਾਂ ਚੇਂਜ ਹੋ ਗਈਆਂ ਬਾਈ ਯਾਰ ਦੇ ਹੁਣ ਤੱਕ ਮਾੜਾ ਮੋਟਾ ਹੀ ਮੈਚ ਵਧੀਆ ਲੱਗਿਆ ਯਾਰ ਤਾੜੀ ਦੋਨਾਂ ਟੀਮਾਂ ਦੇ ਆਪਣੇ ਮਾਰਦੇ ਜ਼ੋਰਦਾਰ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ 11 ਨੰਬਰ ਦੇ ਉੱਤਰਲੇ ਪਾਸੇ ਸਾਹਿਬ ਸ਼ਾਹ ਸਿੱਧੂ ਦੀ ਟੀਮ ਦੇ ਤੇ 10 ਨੰਬਰ ਦੇ ਉੱਤਰਲੇ ਪਾਸੇ ਚੰਨਣ ਖੇੜੇ ਦੀ ਟੀਮ ਦੇ ਇੱਕ ਨੰਬਰ ਦੀ ਲੀਡ ਉੱਧਰਲੇ ਪਾਸੇ ਕਦੇ ਮੁੰਡਿਆਂ ਨੇ ਬਣਾ ਲਈ ਆ 11-10 ਦਾ ਮੁਕਾਬਲਾ ਤੇ ਅਜੇ ਸਾਡਾ ਯਾਰ ਗੱਲ ਕਰਦਾ ਹੋਇਆ ਮੈਂ ਕਿਤੇ ਲੈ ਵੀ ਇੱਧਰ ਕੀ ਮਸਲਾ ਬੈਂਕ ਦਾ ਬਈ
ਗੁਰਦੀਪ ਤੇ ਕੇਸ਼ ਗੁਰਵੀਰ ਬਾਈ ਸਾਡੇ ਲੋਕ ਸਭਾ ਨੇ, ਉਹ ਕਹਿੰਦੇ ਵੀ ਪ੍ਰਥਮ ਚਾਹੇ ਜਿੱਤੇ ਭਾਵੇਂ ਹਾਰੇ ਆ, ਵੀ ਆਪਣੇ ਵੱਲੋਂ ਪ੍ਰਥਮ ਲੁੱਡੇ ਦਾ ਸਨਮਾਨ ਪੰਜ ਫੁੱਲੇ ਕੱਪ ਨਾਲ ਪੀਂਦਾ ਜਾਣਾ ਲਈ ਪ੍ਰਥਮ ਲੁੱਡੇ ਦੇ ਲਈ ਮਾਣ ਆਇਆ ਯਾਰ, ਇੱਕ ਜ਼ੋਰਦਾਰ ਤਾੜੀ ਮਾਰੋ ਜੀ ਨੂੰ, ਇਹ ਖਿਡਾਰੀ ਦੀ ਫੇਰ ਦੰਦ ਲੱਗਿਆ ਹੈ, ਪੰਜ ਫੁੱਲਾ ਕੱਪ ਬਈ ਹੋਰੀ ਕਹਿੰਦੇ ਆ ਵੀ ਆਪਾਂ ਮਾਣ ਕਰਦੇ ਹੈਗੇ। ਹੈਲੋ ਲਓ ਸਾਹਮਣੇ ਇਧਰ ਲਈ ਪਾਸੇ ਫੇਰ ਬਾਈ ਜੀ, ਇੱਕ ਨੰਬਰ ਗਰਾਊਂਡ ਦਾ ਮੈਚ ਕਿਉਂ ਨੀ ਚੱਲ ਰਿਹਾ ਜੀ, ਇੱਕ ਨੰਬਰ ਗਰਾਊਂਡ ਚੱਲ ਗਿਆ ਬਾਈ, ਠੀਕ ਹੈ ਜੀ, ਸ਼ੁਰੂ ਕਰਦਾ ਤੇਰਾ ਵੀਰ ਮੈਚ ਜਲਦੀ ਦੇ ਨਾਲ, ਇਹ ਬੇਨਤੀ ਹੈ ਸਾਡੀ ਨਵੀਂ ਗੋਲੀ ਚਲਾਈਏ ਮੈਚ, ਆਪਾਂ ਪਾਣੀ ਦੀ ਮੰਗ ਕਰ ਰਹੇ ਹਾਂ ਮੁੰਡੇ ਖੇਡਦੇ ਗਰਾਊਂਡ ਦੇ ਅੰਦਰ, ਕਿਉਂਕਿ ਗਰਮੀ ਵੀ ਬਹੁਤ ਆ ਤੇ ਖੇਡਣਾ ਵੀ ਕਹਿੰਦੇ ਬਹੁਤ ਔਖਾ ਹੁੰਦਾ। ਚਲੋ ਬਾਈ ਲਓ ਸਾਹਮਣੇ ਨਾਲ ਹੀ ਮੇਰੇ ਲਾਈਵ ਵਾਲੇ ਵੀਰਾਂ ਦੇ ਲਈ ਚਾਹ ਜਿਹੜੀ ਆਪਾਂ ਜ਼ਰੂਰ ਪਹੁੰਚੀ ਕਰਦੀ ਹੈ, ਮੇਰੀ ਬੇਨਤੀ ਹੈ ਮੇਰੇ ਲਾਈਵ ਵਾਲੇ ਵੀਰਾਂ ਦੇ ਲਈ ਚਾਹ ਜਿਹੜੀ ਆਪਾਂ ਜ਼ਰੂਰ ਪਹੁੰਚਦੀ ਕਰਦੀ ਹੈ ਮੇਰਾ ਵੀਰ, ਇਹ ਬੇਨਤੀ ਹੈ ਸਾਡੀ ਵੀਰਾਂ ਦੀ, ਸਾਰੇ ਲਾਈਵ ਵਾਲੇ ਭਰਾਵਾਂ ਦਾ ਵੱਡਾ ਕਦੇ ਧੰਨਵਾਦ ਅਸੀਂ ਕਰਦੇ ਹਾਂ, ਚਾਰ ਤੋਂ ਚਹੇਰੇ ਜਿੰਨੀ ਵੀ ਰੱਬ ਰੂਪੀ ਸੰਗਤ ਹੈ, ਇਕੱਲੇ ਇਕੱਲੇ ਵੀਰ ਦਾ ਸਾਰੀ ਆਡੀਅੰਸ ਦਾ ਕਹਿੰਦੇ ਵੱਡਾ ਧੰਨਵਾਦ ਹੈ। ਇਧਰਲੇ ਪਾਸੇ ਲਵਦੀਪ ਕਹਿੰਦੇ ਬਾਲ ਫਾਉਲ ਮਾਰ ਬੈਠਾ ਖੇਡਦੇ ਗਰਾਊਂਡ ਦੇ ਅੰਦਰ, ਲੈ ਵੀ ਚੱਲਣੀ ਸ਼ੁਰੂ ਕਰ ਰਹੇ ਹੋ, ਇੱਕ ਅੱਧੇ ਨੰਬਰ ਦਾ ਫਰਕ ਕਹਿੰਦੇ ਬਾਕੀ ਹੈ। ਇਧਰਲੇ ਪਾਸੇ ਬੁੱਢਾ ਵੀ ਖੇਡਦਾ ਹੈ, ਐਨ ਕਹਿੰਦੇ ਚਰਦੇ ਆ ਬੁੱਢੇ ਦੇ ਵੀ, ਇੱਕ ਪਾਸੇ ਕਹਿੰਦੇ ਗੋਲਡੀ ਹੈ ਵਿੱਕੀ ਹੋਣੀ ਬੀਜੀ ਹੋਣੀ, ਆਲ ਇੰਡੀਆ ਦੇ ਕਹਿੰਦੇ ਮੇਰੇ ਮਿੱਤਰੋ ਵੱਡੇ ਵੱਲ ਹੈ ਤੇ ਚਰਦੇ ਆ ਸਿੱਕਾ ਚੱਲਦਾ ਕਹਿੰਦੇ ਮੁੰਡਿਆਂ ਦਾ। ਇਧਰਲੇ ਪਾਸੇ ਬਾਈ ਪਰਮਿੰਦਰ ਨੇ ਕਹਿੰਦੇ ਯਾਰ ਜਵਾਨੀ ਵੇਲੇ ਵੀ ਕਹਿੰਦੇ ਬਹੁਤ ਤਕੜੀ ਜਿਹੜੀ ਕਹਿੰਦੇ ਵਾਲੀਬਾਲ ਖੇਡੀ ਤੇ ਚਰਚੇ ਜਿਹੜੇ ਕਹਿੰਦੇ ਕਰਵਾਏ ਆ, ਤੇ ਅੱਜ ਵੀ ਜੱਟ ਕਹਿੰਦੇ ਪੂਰਾ ਕੈਮ ਹੈ ਵੀ ਵੈਲੀ ਬਣਦੇ ਨੇ, ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨੀ ਖੁੰਡ ਹਾਂ ਪੁਰਾਣੇ ਬੱਲੀਏ, ਇਹਨਾਂ ਡੋਲਿਆਂ ਦੇ ਸਾਰ ਦੇਣਾ ਕੰਮ ਨੀ, ਮੁੰਡੇ ਥੁੱਕ ਦੀ ਜੇ ਚੱਕੇ ਹਥਿਆਰ ਜੱਟ ਨੇ, ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ ਆਏ ਦੇਖੇ ਐਤਵਾਰ ਜੱਟ ਨੇ, ਵੀ ਜਿੰਨੇ ਦਿਨ ਦੇਖਿਆ ਤੇਰੇ ਪਿੰਡ ਦੀ ਮੰਡੀਰ ਨੇ ਬਾਲ ਮਾਰ ਕੇ ਐਕਸ਼ਨ ਕਰਦਾ ਹੈ ਤੇ ਭਰਾ ਸਾਡਾ ਗੁਰੂ ਗ੍ਰਾਂਡ ਕਹਿੰਦਾ ਹੈ ਵੀ ਆਪਣੇ ਵੱਲੋਂ ਜਿਹੜੇ ਕਦੇ 200 ਦੇ ਨਾਲ ਵੱਡੇ ਕਦੇ ਮਾਨ ਸਨਮਾਨ 500 ਦਿੱਤਾ ਜਾਣਾ ਹੈ, ਟੱਪੇ ਦਾ ਕਦੇ 200 ਦਿੱਤਾ ਜਾਣਾ ਹੈ, ਗਰਾਊਂਡ ਦੇ ਅੰਦਰ ਐਕਸ਼ਨ ਹੈ ਠੀਕ ਹੈ ਜੀ, ਨਾਨਕ ਲੋਕ ਕਹਿਣਾ ਵੀ ਹੈ
ਵੱਖਰੀ ਮਿਲ ਗਈ ਮਾਸਟਰੀ ਦੀ ਤੇ ਗੱਲ ਵੱਖਰੀ ਆ ਨਹੀਂ ਬਣਾਈ ਵਾਲਾ ਕਨੇਡਾ ਸੱਦ ਲੈ ਗਏ ਆਪਾਂ ਲੈ ਜੀਰੂ ਜੀ ਨੂੰ ਖੁਸ਼ੀ ਆ ਇੱਕ ਵਾਰੀ ਤਾੜੀ ਮਾਰੋ ਵਧਾਈ ਵਾਲੇ ਰਿੰਗੂ ਨੇ ਲਾਲੀ ਵਧਾਈ ਵਾਲਾ ਕਨੇਡਾ ਵਾਲਾ ਵੀ ਹੋ ਸਕਦਾ ਆਹ ਬੱਤੀਆਂ ਦੰਦਾਂ ਤੇ ਸਾਸਾ ਲਿਆਤਾ ਕਨੇਡਾ ਵਾਲੇ ਨੇ ਆਹ ਗੱਲਾਂ ਹੋਣ ਗਈਆਂ ਪੱਕਾ ਕਰ ਦੇਣਾ ਕਨੇਡਾ ਲਾਤਾ ਗੱਲਾਂ ਹੋ ਗਈਆਂ ਬਾਈ ਹੋਣੀ ਕਹਿੰਦੇ ਵੀ ਆਪਾਂ ਅੱਜ ਹੀ ਵੀਜ਼ਾ ਲਗਾ ਰਹੇ ਹਾਂ ਇੱਥੇ ਬਰਦਾਰ ਆਹ ਗੱਲਾਂ ਕਹਿੰਦੇ ਵੱਡੀਆਂ ਨੇ ਸਾਡੇ ਇਲਾਕੇ ਕਹਿੰਦੇ ਗੱਲਾਂ ਵੱਡੀਆਂ ਨੇ ਵਧਾਈਆਂ ਵਾਲਾ ਰਿੰਕੂ ਹੈ ਜਿੱਥੇ ਖਿਡਾਰੀ ਵਧੀਆ ਉੱਥੇ ਕਦੇ ਇਨਸਾਨ ਬਹੁਤ ਵਧੀਆ ਮੁੰਡਾ ਐਨ ਕਦੇ ਚੜ੍ਹਦੇ ਹੁੰਦੇ ਆ ਮੁੰਡੇ ਦੀ ਖੇਡ ਦੇ ਮਨ ਢਿੱਲੋ ਭਰਾ ਸਕਦਾ ਕਨੇਡਾ ਐਨ ਕਦੇ ਸਾਡੇ ਮਾਣ ਕਰਦਾ ਕਦੇ ਮੁੰਡੇ ਦੀ ਖੇਡ ਦੇ ਵੀ ਤੇਰਾ ਦੂਰ ਦੀ ਕਨੇਡਾ ਸਾਡੇ ਪਿੰਡ ਤੋਂ ਉੱਥੇ ਮਾਰੀ ਕੂਕ ਨਾ ਸੁਣੇ ਤੈਨੂੰ ਡਾਲਰਾਂ ਦੇ ਮੋਹ ਵਿੱਚ ਭਿੱਜੀਏ ਮਿੱਤਰਾਂ ਦੀ ਹੂਕ ਨਾ ਸੁਣੇ ਮੇਰਾ ਵੇਖ ਵੇਖ ਗੱਲਾਂ ਦਿਲ ਡਰਦਾ ਤੇ ਜਮਾਨਾ ਬੜਾ ਤੇਜ਼ ਹੋਈ ਜਾਂਦਾ ਤੇ ਤੇਰੀ ਚੱਲਦੀ ਹੈ ਫਾਈਲ ਪੀ ਆਰ ਦੀ ਤੇ ਮੁੰਡਾ ਓਵਰ ਏਜ ਹੋਈ ਜਾਂਦਾ ਓਵਰ ਲੱਗਦੀ ਜਾਂਦੀ ਆ ਚੋਬੜਦੀ ਹੈ ਤੇ ਗੱਲਾਂ ਬਣ ਕੇ ਵੱਖਰੀਆਂ ਨਹੀਂ ਹੈ ਲਓ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਖੇਡਦੇ ਮੈਦਾਨ ਚ ਠੇਕੇਦਾਰ ਆ ਪ੍ਰਥਮ ਤੋਂ ਬਚ ਕੇ ਰਹੀ ਮੁੰਡੇ ਤੋਂ ਬਚ ਕੇ ਰਹੀ ਹੈ ਠੀਕ ਹੈ ਜੀ 11 ਤੇ 14 ਹੋ ਗਏ ਨੰਬਰ ਇਧਰਲੇ ਪਾਸੇ 11 ਤੇ 14 ਪਾਣੀ ਦੀ ਮੰਗ ਕਰਦੇ ਮੁੰਡੇ ਕਿਉਂਕਿ ਜ਼ੋਰ ਪੂਰਾ ਲੱਗਿਆ ਮੈਚ ਵੀ ਕਹਿੰਦੇ ਬਹੁਤ ਤਕੜਾ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਖੇਡ ਦੇ ਗਰਾਊਂਡ ਦੇ ਅੰਦਰ ਇਧਰਲੇ ਪਾਸੇ 1 ਨੰਬਰ ਗਰਾਊਂਡ ਦਾ ਵੀ ਮੈਚ ਜਿਹੜਾ ਕਹਿੰਦੇ ਚੱਲ ਰਿਹਾ ਭਾਗਥਲਾ ਜਿੱਤ ਗਈ ਰੋਡ 11 ਵਜੇ ਭਾਗਥਲੇ ਵਾਲੇ ਮੁੰਡੇ ਜਿੱਤ ਗਏ ਆ ਖੇਡ ਦੇ ਗਰਾਊਂਡ ਦੇ ਅੰਦਰ 11 ਤੇ 13 ਤੱਕ ਦੇ ਮੁਕਾਬਲਾ ਰਾਹ ਜੀ ਵਾ ਇਧਰਲੇ ਪਾਸੇ ਕਲੋਕ ਫਾਈਟਰ ਦੀ ਕਦੇ ਦੁਨੀਆ ਦਿਵਾਲੀ ਆ ਛੋਟੇ ਛੋਟੇ ਬੱਚੇ ਇਧਰਲੇ ਪਾਸੇ ਕਦੇ ਮੈਚਾਂ ਨੂੰ ਲੱਗ ਰਿਹਾ ਨੀਂਦ ਲਓ ਸਾਹਮਣੇ ਕਦੇ ਫੈਨ ਸਾਲ ਵੀ ਵੱਡੀ ਆ ਮੁੰਡੋ ਜੀ ਫੈਨ ਕਦੇ ਜਾਂਦੇ ਹੁੜ ਗਏ ਲੈ ਸੁਣੀ ਸ਼ਾਮਾ ਮੈਚ ਤੋਂ ਬਾਅਦ ਬੱਚਿਆਂ ਨੂੰ ਕਦੇ ਜ਼ਰੂਰ ਮਿਲ ਰਹੀ ਹੈ ਐਨ ਕਦੇ ਭਰਾ ਕਹਿੰਦੇ ਆ ਵੀ ਫੈਨ ਵੱਡੇ ਆ ਸਲੇਮ ਸ਼ਾਹ ਸਿੱਧੂ ਦੇ ਤੇ ਚਰਚੇ ਆ ਕਦੇ ਮੁੰਡੇ ਦੀ ਖੇਡਦੇ ਦੁਨੀਆ ਪਹਿਲਾਂ ਵੀ ਆ ਆਉਣ ਵਾਲੇ ਕਦੇ 2025 ਦੇ ਐਨ ਕਦੇ ਸੀਜ਼ਨ ਚ ਸਕਾਰਪੀਓ ਗੱਡੀ ਦੇ ਕੇ ਕਦੇ ਸਲੇਮ ਸ਼ਾਹ ਸਿੱਧੂ ਦਾ ਕਦੇ ਮਾਣ ਜਿਹੜਾ ਕਦੇ ਵੱਡਾ ਕੀਤਾ ਜਾਣਾ ਇਸ ਤੋਂ ਪਹਿਲਾਂ ਵੀ ਮਾਣ ਜਿਹੜੇ ਕਦੇ ਵੱਡੇ
ਵੱਡੇ ਹੋਏ ਆ ਤੇ ਉਹਨਾਂ ਦੇ ਸਮੇਂ ਦੇ ਵੀ ਮਾਣ ਜਿਹੜੇ ਵੱਡੇ ਹੋਣਗੇ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ। ਸੁਨੇਮ ਸ਼ਾਹ ਸਿੱਧੂ ਨੇ ਐਨ ਕਿਤੇ ਪਿਆਰ ਸਤਿਕਾਰ ਖੱਟਿਆ ਲੋਕਾਂ ਦਾ, ਹੋਰ ਕੀਤਾ ਵੀ ਕੀ ਹੈ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਪਿਆਰ ਸਤਿਕਾਰ ਹੀ ਕਿਤੇ ਖੱਟਿਆ ਮੁੰਡੇ ਦੇ ਅਗਲੀ ਸਰਵਿਸ ਕਰਨ ਦੇ ਲਈ। ਫਿਰ ਸਮੇਂ ਕਿਤੇ ਖਿਡਾਰੀ ਜਿਹੜਾ ਕਿਤੇ ਤਿਆਗ ਦਾ ਤਿਆਰ ਹੈ ਇਧਰਲੇ ਪਾਸੇ ਚੰਨਣ ਭਾਰ ਬਣਗੀਆਂ ਇਹ ਗੱਲ ਪੱਕੀ ਹੈ, ਔਰ ਰਾਹਾਂ ਦੇ ਭਾਰ ਬਣ ਜਾਣਗੀਆਂ ਗੱਲ ਪੱਕੀ ਹੈ। ਪਰ ਸਾਹਮਣੇ ਖੁਸ਼ੀ ਹੈ ਘੱਟਿਆਂ ਲਈ ਪਿੰਡ ਦਾ ਕਦੇ ਗਲਤੀ ਕਰ ਬੈਠਾ ਨਾ ਚਾਹੁੰਦੇ ਹੋਇਆ ਚੋਬਰ ਵੀ ਹੈ ਨਵੀਂਦਰਲੇ ਪਾਸੇ। ਕਹਿੰਦੇ ਜਿੰਨੇ ਵੀ ਭਰਾ ਜਿਹੜੇ ਲਾਈਵ ਦੇ ਨਾਲ ਜੁੜੇ ਆ ਸਾਰੇ ਵੀਰਾਂ ਦਾ ਵੱਡਾ ਕਦੇ ਧੰਨਵਾਦ ਹੈ। ਇਧਰਲੇ ਪਾਸੇ ਜੱਟ ਵਾਲੇ ਪਿੰਡ ਦੇ ਬੁੱਢਿਆਂ ਦਾ ਵੀ ਬੁੱਢੇ ਦਾ ਵੀ ਵੱਡਾ ਕਦੇ ਧੰਨਵਾਦ ਕਰਦੇ ਆ ਭਰਾ ਸਾਡਾ ਤੇ ਨਾਲ ਕਮਲ ਕਦੇ ਪਧਿਆਰੀ ਵਾਲਾ, ਦੋਨੋਂ ਵੀਰਾਂ ਦਾ ਕਦੇ ਵੱਡਾ ਧੰਨਵਾਦ ਹੈ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਜਿਹੜੇ ਵੀਰ ਇਹਨਾਂ ਮੈਚਾਂ ਨੂੰ ਕਰਵਾ ਰਹੇ ਨੇ ਵੀਰ ਸਾਡੇ, ਕਿਉਂਕਿ ਗੇਮ 'ਚ ਥੋੜਾ ਬਦਲਾਅ ਹੋਇਆ ਥੋੜੀ ਤਬਦੀਲੀ ਕੀਤੀ ਹੈ। ਇਹਦੇ ਰਾਜੂ ਬਾਈ ਟੀਮਾਂ ਜਿਹੜੀਆਂ ਡਿਫੈਂਸ ਦੀ ਖੇਡੀ ਜਾਂਦੀਆਂ ਸੀ ਇਧਰਲੇ ਪਾਸੇ ਅਟੈਕ ਨੂੰ ਜਿਹੜੇ ਕਦੇ ਲਾਈਵ ਤੇ ਲੋਕ ਦਰਸਦੇ ਸੀ ਵੀ ਕੁੱਟ ਕਟਾਪਾ ਕਦੋਂ ਹੋਣਾ ਹੈ ਹੁਣ ਤੇ ਐਨ ਕਦੇ ਕੁੱਟ ਕਟਾਪਾ ਯਾਰ ਗੈਮ ਜੇ ਹੈ ਬਾਈ ਯਾਰ ਯੂਪੀ ਦੇ ਦਾ ਕੰਮ ਵਧੀਆ ਲੱਗਦਾ ਹੈ ਇੱਕ ਤਾਰੀ ਦੇ ਮਾਰਗਰ ਜ਼ੋਰਦਾਰ ਲਓ ਸਾਹਮਣੇ ਕਦੇ ਐਨ ਕਦੇ ਜਾਂਦੇ ਹੋਣਗੇ ਉਹਨਾਂ ਦੇ ਖੇਡ ਮੇਲਿਆਂ 'ਚ ਅੱਜ ਕਦੇ ਭਰਾਵਾਂ ਸਾਡਿਆਂ ਦੇ ਵੱਲੋਂ ਵੱਡਾ ਕਦੇ ਖੇਡ ਮੇਲਾ ਰਾਣੀ ਦੀ ਧਰਤੀ ਤੇ ਹੈ ਜਿਹੜਾ ਕਦੇ ਕਰਵਾ ਦਿੱਤਾ ਹੈ ਐਨ ਕਦੇ ਮੇਲਾ ਵੀ ਭਰਾਵਾਂ ਦਾ ਕਦੇ ਸਫਲ ਹੈ। ਪਰ ਸਾਹਮਣੇ ਪਰਵਿੰਦਰ ਜੈਤੋ ਵਾਲਾ ਕਦੇ ਗਲਤੀ ਕਰ ਗਿਆ ਤੇ ਸਫਲਤਾ ਜਿਹੜੀ ਸੁਨੇਮ ਦਾ ਸਿੱਧੂ ਦੀ ਟੀਮ ਦੇ ਹਿੱਸੇ ਜਿਹੜੀ ਕਦੇ ਜਾ ਜੁੜ ਗਈ ਹੈ ਚਾਰ ਤੇ ਚਹੋਰੇ ਲੋਕਾਂ ਦਾ ਕਦੇ ਇਕੱਠ ਵੱਡਾ ਹੈ ਕਿਉਂਕਿ ਇਲਾਕਾ ਖੇਡ ਵਾਲੀਬਾਲ ਨੂੰ ਕਦੇ ਪਿਆਰ ਕਰਦਾ ਭਰਾ ਸਾਡੇ ਵੱਡੇ ਵੱਡੇ ਪਰ ਮੈਦਾਨ ਵਿੱਚ ਔਰ ਮਨ ਢਲੋ ਕਰੇ ਗਾਲਾ ਬਾਈ ਸਾਡਾ ਅੱਜ ਖੇਡਦੇ ਖੇਡ ਮੇਲੇ ਨੂੰ ਟੱਕ ਰਿਹਾ ਔਰ ਕਦੇ ਮੈਦਾਨ ਇਹਨਾਂ ਖਿਡਾਰੀਆਂ ਨੇ ਕਰਦਿਆਂ ਜਨ ਦਾ ਦਿਲ ਵੀ ਸੋਲਾਂ ਤੇ ਬਾਰਾਂ ਇਧਰਲੇ ਪਾਸੇ ਉੱਨੀਆਂ ਤੇ ਜਾ ਕੇ ਕਦੇ ਘਾੜੀ ਮੁੱਕਣੀਆਂ ਇਧਰਲੇ ਪਾਸੇ ਕਦੇ ਜੈਲਦਾਰ ਡੇਟਾ ਕਰਦਾ ਮੁੰਡਿਆਂ ਦੇ ਖੇਡ ਦੇ ਗਰਾਊਂਡ ਦੇ ਅੰਦਰ ਲਓ ਸਾਹਮਣੇ ਸਰਵਿਸ ਕਰਨ ਲਈ ਫੇਰ ਖਿਡਾਰੀ ਜਿਹੜੇ ਕਦੇ ਤਿਆਰ ਪਰ ਤਿਆਰ ਹੈ। ਇੱਕ ਨੰਬਰ ਗਰਾਊਂਡ ਦਾ ਮੈਚ ਚੱਲੀ ਜਾਂਦਾ ਬਈ ਚੱਲੀ ਜਾਂਦਾ ਠੀਕ ਹੈ ਜੀ ਮੈਚ ਉੱਧਰ ਵੀ ਬਹੁਤ ਤਕੜਾ ਇੱਕ ਪਾਸੇ ਤਲਵੰਡੀ ਵਾਲੇ ਮੁੰਡੇ ਦੂਜੇ ਪਾਸੇ ਨੂਰਪੁਰਾ ਪਿੰਡ ਹੈ ਕਦੇ ਭਰਾ ਸਾਡੇ ਲੱਗੂ ਅੱਧਰਲੇ ਪਾਸੇ ਵੀ ਆਉਣ ਕਦੇ ਟੀਮ ਕੌਮ ਵੀ ਬਣੀ ਆ ਤੇ ਤਿੰਨ ਨੰਬਰ ਗਰਾਊਂਡ ਤੋਂ ਬਈ ਫੇਰ ਕਲੰਦਰ ਦਾ ਮੈਚ ਚੱਲਿਆ ਕਰੀ ਜੀ ਫੇਰ ਕਲੰਦਰ ਦੀ ਟੀਮ ਆ ਗਈ ਜੀ ਬਹੁਤ ਬਹੁਤ ਧੰਨਵਾਦ ਹੈ। ਹੈਲੋ ਲੈ ਵੀ ਜੇ ਕਿਸੇ ਖਿਡਾਰੀ ਵੀਰ ਕੋਲੇ ਜਾਂ ਪ੍ਰਬੰਧਕ ਵੀਰਾਂ ਕੋਲੇ ਕੋਈ ਸਿਰ ਪੀਰ ਦੀ ਟੈਬਲੇਟ ਹੈਗੀ ਤੇ ਜ਼ਰੂਰ ਪਾਉਂਦੀ ਕਰ ਦਿਓ ਵੀਰ ਬਣ ਕੇ
ਸਿਰਪੀ ਨਾਲ ਹੈਗੀ ਤੇ ਗੁਰੂ ਅਰਪਣ ਦੀ ਕਰ ਰਹੀ ਆਪਾਂ ਵੀਰਾਂ ਨੂੰ ਬੇਨਤੀ ਹੈ ਜੀ ਅਰਪਿਤ ਚਾਹ ਨੇ ਬੁੱਢੇ ਜ਼ਰੂਰ ਭੇਜੀਆਂ ਚਾਹ ਦੇ ਤਿੰਨ ਕੁ ਕੱਪ ਭੇਜੀਆਂ ਢਿੱਲੋ ਦੇ ਨਹੀਂ ਭੁੱਲ ਗਈ ਜੀ ਲੜੀ ਅਗਲੀਆਂ ਟੀਮਾਂ ਗਰਾਊਂਡ ਦੇ ਨੇੜੇ ਰਹਿਣ ਜੀ ਖਿਡਾਰੀ ਤੇ ਕੁੱਤੇ ਦੋ ਨੰਬਰ ਗਰਾਊਂਡ ਦੇ ਨੇੜੇ ਜੀ ਗੰਗਾਨਗਰ ਤੇ ਸਰਾਣਾ ਇਹ ਦੋਵੇਂ ਟੀਮਾਂ ਦੇ ਪਲੇਅਰ ਗਰਾਊਂਡ ਨੰਬਰ ਇੱਕ ਦੇ ਨੇੜੇ ਰਹਿਣ ਬਾਈ ਜਿਹੜੇ ਆਪਾਂ ਪੱਕੇ ਰੈਫਰੀ ਲਾਏ ਕੋਈ ਵੀ ਨੀ ਦੇਖਦਾ ਇੱਕ ਰੈਫਰੀ ਇੱਧਰ ਬੇਟਾ ਬੁੱਢਾ ਬੈਠਾ ਉਧਰ ਜੋੜਨੇ ਇੱਕ ਰੈਫਰੀ ਕਰਾਈ ਜਾਂਦਾ ਯੋਗ ਆਪਣੇ ਕੋਲੇ ਤਿੰਨ ਚਾਰ ਰੈਫਰੀ ਸੀਗੇ ਚਾਰ ਸੀਗੇ ਮੇਰੇ ਕੋਲ ਉਧਰ ਹੈ ਬਾਈ ਰੈਫਰੀ ਉਰੇ ਠੀਕ ਹੈ ਰਾਦੇ ਬਾਈ ਰੈਫਰੀ ਉਧਰ ਵਿੱਕੀ ਰੈਫਰੀ